मैं पुछया तेन पता तो है मेनु कि सीधे मुंह पूना आप ही पुछ ला जिदन दी इथो गई आ पैसे लेके ना टेंटा च कुछ आउंदा वा मुंडे दे बेचारे दे पैसे जंटा ने मारने ओही घर बह गया पैसे मारदे जंट ने ਉਹ ਕਿਦਾਂ ਉਹ ਕਿਦਾਂ ਕੀ ਉਹਦਾ ਕਿਸੇ ਦਾ ਕਰੋੜ ਸੀ ਲੈ ਕੇ ਤੇ ਪੈਸੇ ਇਹਨਾਂ ਦੇ ਦੌੜ ਗਿਆ ਮੁੰਡਾ ਘਰ ਬਹਿ ਗਿਆ ਨਾ ਉਹਦਾ ਦਫ਼ਤਰ ਲੱਭਦਾ ਹੀ ਉਹ ਨਾ ਜੰਟੀ ਉਤਰਾ ਲੱਭਦਾ ਵਾ ਇਹਨਾਂ ਦੀਆਂ ਬਦਦੁਆਈਆਂ ਲੈ ਕੇ ਬਹਿ ਗਈਆਂ ਕਦੀ ਪੇਕਿਆ ਤੋਂ ਪੈਸਾ ਨਾ ਧੀ ਭੈਣ ਕਰੇ ਉਹਦੇ ਪੈਸੇ ਲੈ ਕੇ ਰੋ ਵੀ ਦਿੱਤਾ ਮੇਰੀ ਧੀ ਨੂੰ ਨਾ ਉਹ ਬਿਮਾਰ ਹੋਈ ਨਾ ਬਿਮਾਰ ਹੁੰਦਾ ਪਤਾ ਨਹੀਂ ਕੀ ਹੋ ਗਿਆ ਵਿਚਾਰੀ ਨੂੰ ਪਰ ਜਦੋਂ ਇੰਨੀ ਰਕਮ ਹੀ ਨਾ ਤੇ ਕਿਹੜਾ ਚੰਗੇ ਏਜੰਟ ਕੋ ਫੈਲ ਲੈਂਦੇ ਐਦਾਂ ਦਾ ਧੋਖਾ ਹੀ ਆ ਜਗ੍ਹਾ ਜਗ੍ਹਾ ਤੇ ਫਰੋਡ ਬੈਠੇ ਆ ਦੱਸ ਇੰਨੀ ਰਕਮ ਜਦੋਂ ਮਾਰੀ ਜਾਵੇ ਤੇ ਬੰਦੇ ਦਾ ਲੱਕ ਤੇ ਆਪੇ ਟੁੱਟਣਾ ਮੇਰੇ ਹਿਸਾਬ ਨਾਲ ਉਹਨੂੰ ਟੈਨਸ਼ਨ ਨਹੀਂ ਉੱਠਣ ਦਿੰਦੀ ਜੋ ਕਿਸਮਤ ਮਾਰੀ ਹੋਵੇ ਇਦਾਂ ਹੀ ਹੁੰਦੀ ਆ ਇਸ ਜਨਾਨੀ ਨੇ ਇੰਨੀਆਂ ਗਾਲਾਂ ਕੱਢੀਆਂ ਮੇਰੀ ਧੀ ਨੂੰ ਲੈ ਕੇ ਬਹਿ ਗਈ ਮਾਤਾ ਹਾਂ ਕੀ ਕਹਿਣ ਡਈ ਆ ਸਾਡੀਆਂ ਗਾਲਾਂ ਨਹੀਂ ਉਹਨੂੰ ਲੱਗੀਆਂ ਜਿਹੜਾ ਸੋਹਣੇ ਸਾਡਾ ਲਹੂ ਨੂੰ ਜੋੜ ਕੇ ਖੜਿਆ ਉਹਨੂੰ ਉਹ ਬਦਵਾਲੀਆਂ ਲੱਗੀਆਂ ਹੀ ਹੋ ਮਾੜੀ ਜਿਹੀ ਢਿੱਲੀ ਕੀ ਹੋ ਗਈ ਆ ਤੁਸੀਂ ਕਹਿਤਾ ਵੀ ਤੁਹਾਡੀਆਂ ਬਦਵਾਈਆਂ ਲੱਗੀਆਂ ਨਹੀਂ ਨਾਲੇ ਮੈਨੂੰ ਪਤਾ ਵਾ ਮੈਂ ਕਿੱਥੋਂ ਕਿੱਥੋਂ ਇਕੱਠੀ ਕਰਕੇ ਰਕਮ ਤੇ ਕਿੱਦਾਂ ਦਿੱਤੀ ਆ ਉਹ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਵਾ ਉਹ ਚੜਿਆ ਕਰਜ਼ਾ ਅਜੇ ਤੱਕ ਨਹੀਂ ਮੇਰਾ ਲੱਖਾ ਜਦੋਂ ਬਗਾਨੇ ਹੱਕ ਖਾਈਏ ਨਾ ਫਿਰ ਏਦਾਂ ਹੀ ਬੇੜਾ ਗਰਕ ਹੁੰਦਾ ਹੀ ਹੋ ਹੁਣ ਤੈਨੂੰ ਭਾਵੇਂ ਲੱਗੇ ਗੁੱਸਾ ਤੇ ਭਾਵੇਂ ਲੱਗੇ ਗਿੱਲਾ ਮੇਰੀਆਂ ਗੱਲਾਂ ਸੱਚੀਆਂ ਵਾ ਫਿਰ ਕਹਣਾ ਤਵਿੰਦਰ ਮਾੜੀ ਆ ਨਹੀਂ ਮੈਂ ਭੇਜਦਾ ਮੁੰਡਾ ਕੈਨੇਡਾ ਪਾਲੀ ਨਾ ਰਕਮ ਖੂਜ ਜੇ ਕਿਤੇ ਸਾਨੂੰ ਮਿਲਦੀ ਗਿਲਦੀ ਰਹਿੰਦੀ ਤੇ ਅਸੀਂ 5-6 ਲੱਖ ਲਾਉਂਦੇ ਨਾ ਮੁੰਡੇ ਤੇ ਮੁੰਡਾ ਚੱਲ ਵੀ ਜਾਣਾ ਸੀ ਪਤਾ ਨਹੀਂ ਕਿਹੜੇ ਏਜੰਟਾਂ ਕੋ ਫਸ ਗਈ ਆ ਤੇ ਕਿਹੜਿਆਂ ਕੋ ਨਹੀਂ ਹੁਣ ਪਛਤਾਉਂਦੀ ਆ ਐਦਾਂ ਮਰਦੇ ਹੀ ਪੈਸੇ ਫਿਰ ਜਦੋਂ ਉਹਦੇ ਪੇਕਾਂ ਦਾ ਹੱਕ ਖਾਈਏ ਨਾ ਐਦਾਂ ਮਰਦੇ ਹੀ ਹੋ ਤੇ ਨਾ ਖਾਂਦੀ ਤੇ ਸਾਡੇ ਨਾਲ ਮਿਲਦੀ ਵਰਤਦੀ ਰਹਿੰਦੀ ਤੇ ਜੇ ਰਾਜ ਕਰਦੀ ਨਹੀਂ ਭੈਣਾ ਬਥੇਰਾ ਰੋਂਦੀ ਆ ਵੀ ਮੈਂ ਖਾਣੂ ਪੈਸੇ ਲੈ ਕੇ ਆ ਗਈ ਫਿਰ ਉਦੋਂ ਕਿਹਾ ਨਾ ਸੋਚਿਆ ਉਦੋਂ ਨਾ ਸੋਚਿਆ ਉਦੋਂ ਸੋਚਿਆ ਸੋਚਿਆ ਹੁੰਦਾ ਤੇ ਅੱਜ ਇੱਥੇ ਤੱਕ ਨਾ ਪਹੁੰਚਦੀ ਘੱਟ ਬੋਲ ਦੇ ਵੀ ਕਿ ਸਿਰ ਨਾ ਮੇਰਾ ਖਾ ਸਿਰ ਨਾ ਖਾ ਮੇਰਾ ਹੁਣ ਮਿਰਚਾਂ ਲੱਗਦੀਆਂ ਵਾ ਉਦੋਂ ਨਾ ਮਿਰਚਾਂ ਲੱਗੀਆਂ ਤਾਂ ਮਿਰਚਾਂ ਲੱਗਦੀਆਂ ਹੁੰਦੀਆਂ ਵਾ ਸ਼ਰਮ ਕਰ ਹੁਣ ਤੂੰ ਇੰਨਾ ਬੋਲਦੀ ਆ ਬਈ ਕੜੀ ਲੱਗੀ ਬਾਲਣ ਮੇਰੀ ਧੀ ਮੰਜੇ ਤੇ ਬਈ ਤੈਨੂੰ ਗੱਲਾਂ ਹੁੰਦੀਆਂ ਬਹੁਤੀਆਂ ਆਵੇ ਗੁੱਸਾ ਨਾ ਮੈਨੂੰ ਉਹ ਚਲੋ ਕੋਈ ਗੱਲ ਨਹੀਂ ਦਵਿੰਦਰ ਜੋ ਹੋ ਗਿਆ ਹੋ ਗਿਆ ਹੁਣ ਕਿਹੜਾ ਟਾਈਮ ਵਾਪਸ ਆ ਜਾਣਾ ਵਾ ਟਾਈਮ ਤੇ ਨਹੀਂ ਵਾਪਸ ਆਵਾਂ ਜੇ ਏਦਾਂ ਨਾ ਕਰਦੀ ਤੇ ਅੱਜ ਉਹਨੇ ਰਾਜ ਕਰਨਾ ਸੀ ਭਰਾ ਉਹਨੂੰ ਮਿਲਦੇ ਉਹਦਾ ਦੁੱਖ ਦਰਦ ਸਮਝਦੇ ਅੱਜ ਉਹਨਾਂ ਨੂੰ ਵੀ ਗੁੱਸਾ ਆ ਅੱਗੇ ਭਲਾ ਉਹ ਕਦੀ ਬਿਮਾਰ ਨਹੀਂ ਹੋਈ ਤਾਂ ਨੰਗੇ ਪੈਰੀ ਦੌੜ ਜਾਂਦੇ ਰਹੀ ਉਹ ਰਾਹ ਪੋਲੇ ਕੀਤੇ ਹੀ ਤੋਂ ਅੱਜ ਤੋਂ ਮੈਨੂੰ ਗੱਲਾਂ ਕਰਦੀ ਆ ਜਾਣ ਨਹੀਂ ਆ ਤੁਹਾਡੇ ਬੰਦਿਆਂ ਨੂੰ ਤਾਂ ਤੂੰ ਵੀ ਆਹੋ ਗਲਤੀ ਨੂੰ ਗਲਤੀ ਨਾ ਮੰਨੀ ਕੁੜੀ ਅੰਦੇ ਪੱਖ ਪੂਰਦੀ ਰਹੀ ਉਹਦੇ ਭਰਾਵਾਂ ਨੂੰ ਚੰਗੀ ਤਰ੍ਹਾਂ ਦਬਾ ਕੇ ਗਈ ਆ ਪਿੰਡ 'ਚ ਥੂ ਥੂ ਕਰਾ ਕੇ ਗਈ ਆ ਜਿਹੜਾ ਹਿੱਸਾ ਲੈ ਕੇ ਗਈ ਆ ਚੰਗੀ ਗੱਲ ਨਹੀਂ ਕਰਦੀ ਗਈ ਉਹ ਨੱਕ ਵਟਾ ਕੇ ਗਈ ਆ ਮੁੜ ਕੇ ਅੱਥਰੂ ਸੁੱਟਣ ਲੱਗ ਜਾਂਦੇ ਨੇ ਸੱਚੇ ਹੋਣ ਦੇ ਮਾਰੇ ਇੱਕਦੇ ਕੁੜੀ ਰਾਈ ਨੂੰ ਬੋਲਦੀ ਵੀ ਹੁਣ ਕੱਲ ਗਈ ਨੂੰ ਨਹੀਂ ਪਿੱਛੇ ਛੱਡਦੀ ਏ ਚਲੋ ਕੋਈ ਗੱਲ ਨਹੀਂ ਦਵਿੰਦਰ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਆ ਬਾਕੀ ਚਲੋ ਕੋਈ ਨਹੀਂ ਜਾਵਾਂਗੇ ਪਤਾ ਲਿਆਵਾਂਗੇ ਪੈਸੇ ਨਾਲ ਹੀ ਸਾਰੇ ਰਿਸ਼ਤੇ ਥੋੜੇ ਰਹਿ ਗਏ ਆ ਕੋਈ ਗੱਲ ਨਹੀਂ ਜਾ ਕੇ ਆਵਾਂਗੇ ਟਾਈਮ ਕੱਢ ਕੇ ਮੈਂ ਤਾਂ ਸਵੇਰ ਦੀ ਵੇਖਣ ਨਹੀਂ ਮੈਂ ਗਏ ਆ ਪੁੱਛ ਕੇ ਆਵਾਂ ਕਿੱਦਾਂ ਵਾ ਉਹਦਾ ਤਾਂ ਮੈਂ ਘੱਟ ਦੁਖੀ ਹੋਵਾਂ ਇਹਦਾ ਹੀ ਮੇਰੇ ਮਾਰ ਬਾਪ ਨੇ ਮੈਨੂੰ ਛੱਡਦੀ ਚਾਰ ਕਸਾਨ ਨੇ ਕੱਢਣ ਦੇਣੇ ਕਿ ਨਹੀਂ ਕੱਢਣ ਦੇਣੇ ਚਲੋ ਕੋਈ ਗੱਲ ਨਹੀਂ ਬੀਜੀ ਉਹਦਾ ਸੁਭਾਅ ਹੀ ਇੱਦਾਂ ਦਾ ਦਿਲ 'ਚ ਨਹੀਂ ਕੁਛ ਤੇ ਆਇਓ ਉਦੋਂ ਘਰ ਨੂੰ ਫਿਰ ਲੰਮੇ ਪੈ ਲਓ ਘੜੀ ਗੁਣ ਥੱਕ ਗਏ ਉਹਨੇ ਸਵੇਰ ਦੇ ਗਏ ਹੋ ਕਦੀ ਸੋਚਿਆ ਨਹੀਂ ਵੀ ਅਸੀਂ ਵੀ ਇੱਦਾਂ ਦੇ ਬੈੱਡ ਲਿਆ ਕੇ ਆਪਣੇ ਘਰ ਲਾਵਾਂਗੇ ਪਰਮਾਤਮਾ ਦਿੰਦਾ ਹੈਗਾ ਸਾਰਾ ਕੁਛ
ਪਰ ਟਾਈਮ ਟਾਈਮ ਦੇ ਨਾਲ ਚਲੋ ਮਾਰਾ ਸਾਰਿਆਂ ਨੂੰ ਦੇਵੇ ਅਗਿਆ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਵਧਾਈ ਹੋਵੇ ਬੈਠ ਜਾਂਦੇ ਆ ਆਹੋ ਸੁੱਖ ਨੂੰ ਮਿਲੀ ਤਨਖਾਹ ਅੱਛਾ ਪਿਛਲੇ ਮਹੀਨੇ ਮਿਲੀ ਨਹੀਂ ਫਿਰ ਆਰਕਾ ਇਕੱਠੀ ਮਿਲੀ ਕਿੱਥੋਂ ਲੈਂਦੇ ਗੁਰਦੁਆਰਾ ਸਾਹਿਬ ਚ ਚੜਾਤੀ ਤੇ ਗੋਹਾਂਦੀ ਮੰਮੀ ਸੋ ਜਾਣਾ ਘਰ ਆਉਂਦਾ ਜਾਂਦਾ ਵਾ ਸਾਡੇ ਕੋਲ ਦੂਜੇ ਬੈਂਚ ਹੀ ਲੱਕੜ ਦੇ ਮੈਂ ਤੇ ਬਥੇਰਾ ਆਨੀ ਆ ਵੀ ਸੁੱਖ ਰਹਿਣ ਦੇ ਬਾਅਦ ਚ ਪਲਸਤਰ ਕਰਾਵਾਂਗੇ ਫਿਰ ਲਵਾਂਗੇ ਨਹੀਂ ਵਧੀਆ ਵਾ ਮੰਮੀ ਨਾਰਮਲ ਜਿਹਾ ਇੱਕ ਜੋੜਾ ਲੈ ਲੈਨੇ ਆ ਨਾ ਨਾ ਵਧੀਆ ਵਧੀਆ ਕਿੱਥੋਂ ਲੈਂਦੇ ਆ ਇਹ ਥੋੜ ਚਵਾਲ ਤੋਂ ਹੀ ਉਹ ਚ ਲੈਟਾਂ ਹੋਣੀਆਂ ਮੇਰੇ ਖਾਨ ਦਾ ਲੈਟਾਂ ਲਾ ਸਕਦੇ ਆ ਆਪਾਂ ਪਰ ਲਾਈਆਂ ਨਹੀਂ ਆ ਆ ਜਾ ਬਹਿ ਜਾ ਕੋਈ ਨਹੀਂ ਗੱਦੇ ਕਿੱਥੋਂ ਲੈਂਦੇ ਫਿਰ ਗੱਦੇ ਨਾਲ ਹੀ ਵਧੀਆ ਗੱਦੇ ਠੀਕ ਆ ਹੁਣ ਹੰਡਣਗੇ ਤੇ ਫਿਰ ਹੀ ਪਤਾ ਲੱਗੂਗਾ ਵੀਰ ਗਿਆ ਕਿਤੇ ਵੀਰ ਤੇ ਥੋੜਾ ਜਿਹਾ ਸੌਦਾ ਲੈਣ ਗਏ ਖਤਮ ਹੋਇਆ ਸੀ ਲੈ ਮੈਂ ਦਾਦਾ ਦਵਿੰਦਰ ਨੂੰ ਉਹਨੇ ਖੁਸ਼ ਹੋ ਜਾਣਾ ਵੀ ਬੈਠ ਜਾਂਦੇ ਹੈ ਵਧੀਆ ਵਧੀਆ ਬਹੁਤ ਵਧੀਆ ਚਲੋ ਸ਼ੁਕਰ ਆ ਮਾਲਕ ਨੇ ਕੁੜੀ ਕਰਨ ਦਾ ਪੀ ਚਲੋ ਮੈਂ ਤਾਂ ਅੱਗੇ ਸੋਚਣ ਨਹੀਂ ਹਾਂ ਮੈਂ ਵੀ ਕਦੀ ਸੋਚਿਆ ਨਹੀਂ ਸੀ ਕਿ ਮਹਾਰਾਜ ਸਾਨੂੰ ਵੀ ਇਦਾਂ ਦੇ ਬੈਡ ਦੇਊਗਾ ਨਾ ਨਾ ਇਹ ਕਿਹੜੀ ਗੱਲ ਕਰਤੀ ਭਾਬੀ ਵਧੀਆ ਵਾ ਸ਼ੁਕਰ ਆ ਮਾਲਕ ਦਾ ਚਲੋ ਜੋਗਨ ਪਰਮਾਤਮਾ ਸਾਰਿਆਂ ਨੂੰ ਸੁੱਖ ਦੇਵੇ ਇਹ ਤੇ ਮਹਾਰਾਜ ਦੇ ਹੱਥ 'ਚ ਹੀ ਆ ਉਹ ਭਾਬੀ ਤੂੰ ਆ ਗੱਲ ਕਰਨੀ ਆ ਮੈਂ ਨਾ ਸੁੱਖ ਵਰਗੀ ਧੀ ਰੱਬ ਸਭ ਨੂੰ ਦੇਵੇ ਉਹ ਮੇਰੇ ਵੱਲ ਵੇਖ ਲਓ ਮੇਰਾ ਮੁੰਡਾ 12 ਮਰਵੇ ਤੱਕ ਨਹੀਂ ਉੱਠਦਾ 10 11 ਹੁਣ ਵੀ ਪੱਠੇ ਮੈਂ ਪਾ ਗਿਆ ਆਪ ਅਜੇ ਉੱਠਿਆ ਨਹੀਂ ਮਾਂ ਨੂੰ ਕਿਹਾ ਠਾਲ 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 ਨਹੀਂ ਕੋਈ ਨਹੀਂ ਠਾਲਦੀ ਆ ਇੰਨਾ ਭੂਏ ਚੜਾਇਆ ਉਹਨੇ ਚਲੋ ਕੋਈ ਗੱਲ ਨਹੀਂ ਜੋਬਨ ਨਿਆਣਾ ਸਿਆਣਾ ਵਾ ਉਮਰ ਦੇ ਹਿਸਾਬ ਨਾਲ ਆਪੇ ਸਮਝ ਆ ਜਾਣੀ ਆ ਤੂੰ ਆ ਗੱਲ ਕਹਿਣ ਦੀ ਭਾਬੀ ਉਮਰ ਦੇ ਹਿਸਾਬ ਨਾਲ ਸੁਧਰ ਜੂਗਾ ਉਹਦੇ ਹਾਲਤ ਇੰਨੀਆਂ ਵਿਗੜਾਤੀਆਂ ਦਵਿੰਦਰ ਨੇ ਬਹੁਤ ਜ਼ਿਆਦੀਆਂ ਨਾ ਦੇ ਆਖੇ ਲੱਗਦਾ ਜੇ ਕਹੀਏ ਤੇ ਅੱਗਿਓਂ ਗਾਲ ਪੈਂਦਾ ਤੇ ਜੇ ਬੋਲੀਏ ਤੇ ਲੋਕਾਂ ਸੁਣਨਾ ਆਖਣਾ ਦੋਵੇਂ ਪਿਓ ਪੁੱਤ ਲੜਦੇ ਆ ਮੈਂ ਤੇ ਇੰਨਾ ਕਿਹਾ ਪਿਆ ਨਾ ਕੀ ਦੱਸਾਂ ਮੇਰਾ ਮਾਂ ਆਪ ਨੀ ਜੀ ਕਰਦਾ ਕੰਮ ਕਰਨ ਨੂੰ ਕੋਈ ਵੀ ਘਰ ਟਾਈਮ ਪਾਸ ਮਾਂ ਹੀ ਕਰਦਾ ਮੈਂ ਉਹਦੇ ਸਾਹਮਣੇ ਹੈ ਤੇ ਏਦਾਂ ਹੀ ਆ ਜੋਗਨ ਧੀ ਪੁੱਤ ਜੋ ਕਾਇ ਕਹਾਏ ਚ ਨਾ ਨਾ ਰਵੇ ਤੇ ਮਨ ਤੇ ਦੁਖੀ ਹੁੰਦਾ ਹੀ ਆ ਪਰ ਤੇਰੇ ਸਾਹਮਣੇ ਅਸੀਂ ਤੇ ਇੱਕ ਵਾਰੀ ਸਮਝਾਉਣ ਗਏ ਵੀ ਸੀ ਫਿਰ ਦਵਿੰਦਰ ਨੇ ਮਨਾ ਕਰ ਦਿੱਤਾ ਸਾਡੀ ਕਈ ਗੱਲ ਤੇ ਓਦਾਂ ਵੀ ਚੁਗਣੀ ਆ ਪਰ ਫਿਰ ਵੀ ਆਪਣੇ ਤਾਏ ਦੀ ਉਹ ਪੂਰੀ ਮੰਨਦਾ ਸੀ ਜੇ ਪਿਆਰ ਨਾਲ ਸਮਝਾਉਂਦੇ ਤੇ ਉਹਨੇ ਸਮਝ ਵੀ ਜਾਣਾ ਸੀ ਹੁਣ ਭਾਬੀ ਹੱਥਾਂ ਚੋਂ ਨਿਕਲ ਗਿਆ ਵਾ ਮੈਂ ਤਾਂ ਆਈਡੀਆ ਲਾਇਆ ਜਿੱਦਾਂ ਉਹ ਗੱਲਾਂ ਕਰਦਾ ਨਾ ਟੁੱਟ ਕੇ ਪੈਂਦਾ ਹੱਥਾਂ ਚੋਂ ਨਿਕਲ ਗਿਆ ਵਾ ਹੁਣ ਤੇ ਦਵਿੰਦਰ ਹੀ ਆ ਸਮਝਾਉਂਗਾ ਉਹਨੂੰ ਵੀ ਇਹਨੂੰ ਸਮਝਾ ਕੋਈ ਤਰੀਕੇ ਨਾਲ ਪਰ ਇੱਕ ਗੱਲ ਹੋਰ ਸੁਣ ਲਿਓ ਭਾਬੀ ਮੇਰੀ ਮੰਨੋ ਜਾਂ ਨਾ ਮੰਨੋ ਮੁੰਡਾ ਮੇਰਾ ਕੋਈ ਖਾਣ ਲੱਗ ਪਿਆ ਸ਼ੱਕ ਉਹਦੇ ਅੱਖਾਂ ਉਹਦੀਆਂ ਲਾਲ ਹੁੰਦੀਆਂ ਜਦੋਂ ਵੇਹਣਾ ਉਹਦੇ ਮੈਂ ਤੇ ਜੇ ਕਹੀਏ ਮਾਂ ਨੂੰ ਤੇ ਉਹ ਕਹਿੰਦੀ ਨਾ ਮੇਰਾ ਪੁੱਤ ਤੇ ਕੁਛ ਨਹੀਂ ਖਾਂਦਾ ਇਹ ਤੇ ਬਹੁਤ ਵਧੀਆ ਮੁੰਡਾ ਵਾ ਮੇਰਾ ਪੁੱਤ ਤੇ ਬਥੇਰਾ ਸਮਝਾ ਦੂੰਗਾ ਵੇਦਾ ਸ਼ੱਕ ਮੈਨੂੰ ਪੂਰਾ ਹੈਗਾ ਕਿਉਂਕਿ ਬਾਹਰ ਹੁਣ ਤੁਰਿਆ ਫਿਰਦਾ ਪੈਸੇ ਲੈ ਜਾਂਦਾ ਖੁੱਲੇ ਵਰਤਦਾ ਖਾਂਦਾ ਜ਼ਰੂਰ ਕੁਛ ਹੈਗਾ ਨਾ ਜੋਬਨ ਹਾਂ ਗੱਲ ਨਾ ਕਹਿ ਕਿਉਂਕਿ ਨਸ਼ੇ ਦੀ ਦਲਦਲ ਵਿੱਚ ਜਿਹੜਾ ਬੱਚਾ ਇੱਕ ਵਾਰੀ ਫਸ ਜਾਂਦਾ ਵਾ ਨਾ ਉਹਦਾ ਵਾਪਸ ਆਉਣਾ ਬਹੁਤ ਮੁਸ਼ਕਲ ਆ ਚਲੋ ਬੱਚਾ ਛੋਟੀਆਂ ਮੋਟੀਆਂ ਗਲਤੀਆਂ ਕਰਦਾ ਸਮਝਾ ਲਈਦਾ ਪਰ ਇੱਦਾਂ ਦੀ ਗੱਲ ਨਾ ਕਹਿ ਇੱਦਾਂ ਦੀ ਗੱਲ ਤੇ ਸੁਣ ਕੇ ਵੀ ਡਰ ਲੱਗਦਾ ਭਾਬੀ ਡਰ ਤੇ ਮੈਨੂੰ ਵੀ ਲੱਗਦਾ ਪਰ ਮੈਨੂੰ ਨਾ ਜਿੱਦਾਂ ਦੀ ਬਾਹਰ ਹੋ ਗਿਆ ਨਾ ਅੱਜ ਕੱਲ੍ਹ ਹਿਸਾਬ ਦਾ ਲੋਕਾਂ ਦਾ ਜਿੱਥੇ ਬਹਿਣੀਆਂ ਖਲੋਣੀਆਂ ਬਹੁਤ ਨਸ਼ੇ ਵਿਕਣ ਡੇ ਅੱਜ ਕੱਲ੍ਹ ਮੈਨੂੰ ਤੇ ਪੂਰਾ ਸ਼ੱਕ ਆ ਮੈਂ ਕਹਿ ਨਹੀਂ ਸਕਦਾ ਇੱਕ ਦਵਿੰਦਰ ਨੂੰ ਕਹਿੰਦਾ ਉਹ ਕਹਿੰਦੀ ਨਹੀਂ ਬਿਲਕੁਲ ਨਹੀਂ ਕੀ ਕਰਾਂ ਮੈਂ ਵੀ ਬਹੁਤ ਦੁਖੀ ਹਾਂ ਚਲੋ ਕੋਈ ਨਹੀਂ ਟੈਨਸ਼ਨ ਨਾ ਲਿਆ ਕਰੋ ਇੱਦਾਂ ਦੀ ਨਹੀਂ ਗੱਲ ਹੈਗੀ ਚਲੋ ਪੀ ਪੂ ਲੈਂਦਾ ਵਾ ਗੱਲ ਵੱਖਰੀ ਆ ਫਿਰ ਵੀ ਸਮਝਦਾਰ ਵਾ ਉਹਨੂੰ ਵੀ ਪਤਾ ਨਸ਼ਿਆਂ ਦੇ ਰਿਜ਼ਲਟ ਕੀ ਆ ਗੱਲ ਪੀਣ ਦੀ ਨਹੀਂ ਹੁਣ ਤਾਂ ਪੀਣ ਲੱਗ ਪਿਆ ਕੱਲ ਨੂੰ ਫਿਰ ਹੋਰ ਕੋ ਪੀਣ ਲੱਗ ਪੂਗਾ ਆ ਚਿੱਟੇ ਦਾ ਨਸ਼ਾ ਬਹੁਤ ਜ਼ਿਆਦਾ ਨਹੀਂ ਪੀਂਦਾ ਕਵਾਂਗੇ ਬਹਿ ਕੇ ਬੈਠੋ ਵੀ ਨਾਲ ਮੈਂ ਚਾਹ ਲਿਆਉਣੀ ਬਣਾ ਕੇ ਭਾਬੀ ਚਾਹ ਰਹਿਣ ਦੇਣੀ ਚਾਹ ਤੇ ਇਹਦੀ ਸਪੈਸ਼ਲ ਨਹੀਂ ਬਣਾਈ ਲੈ ਵੇਸਣ ਹੀ ਲਿਆਦਾ ਤੇ ਹੋਰ ਕੀ ਫਿਰ ਤੁਸੀਂ ਕਹਿਣਾ ਇਹਨਾਂ ਨੂੰ ਵਧਾਈ ਨਹੀਂ ਦਿੱਤੀ ਸੁੱਖ ਗਈ ਆ ਤੇ ਕਹਿੰਦੀ ਮੰਮੀ ਠੰਡ ਲੱਗਦੀ ਚਾਹ ਬਣਾ ਅੱਛਾ ਉਹਦੇ ਵਾਸਤੇ ਬਣਾਈ ਮੈਂ ਅਜੇ ਪੀਤੀ ਨਹੀਂ ਤੇ ਨਾਲੇ ਆਂਦੀ ਛੁੱਟੀ ਕਰਨੀ ਮੈਨੂੰ ਕਹਿੰਦਾ ਸੋ ਉੱਥੇ ਬਾਹਰ ਬੜੀ ਆ ਕਿ ਛੁੱਟੀ ਕਰਨੀ ਕਹਿੰਦੇ ਨੇ ਸਾਰੇ ਨਹੀਂ ਵੀ ਹਟ ਗਿਆ ਸੀ ਮੈਂ ਫਿਰ ਕਹਿੰਦੀ ਚੱਲ ਮੰਮੀ ਚਲੀ ਜਾਨੀ ਆ ਆ
ਛੱਡਿਆ ਤੇ ਤੂੰ ਨਹੀਂ ਪੱਠੇ ਪਾਉਣੇ ਜਿੱਦਣ ਪਿਓ ਕਿਤੇ ਗਿਆ ਹੁੰਦਾ ਉਦੋਂ ਤੇ ਕਮ ਸੇ ਕਮ ਪਾ ਲਿਆ ਕਰ ਪੱਠੇ ਤੈਨੂੰ ਆਪ ਸ਼ਰਮ ਚਾਹੀਦੀ ਆ ਲੰਮੀਆਂ ਤਾਣ ਕੇ ਸੁੱਤਾ ਵਾਂ ਦੁਪਹਿਰ ਉੱਤੋਂ ਚੜੀ ਆ ਤੇ ਨਾਲ ਮੇਰੀ ਗੱਲ ਸੁਣ ਆਹ ਗੋਲੀ ਜੀ ਕੀ ਖਾਂਦਾ ਰਹਿੰਦਾ ਤੂੰ ਤੈਨੂੰ ਮੈਂ ਅੱਗੇ ਵੇਖੀਆਂ ਪੱਤਿਆਂ ਦੇ ਪੱਤੇ ਖਾਈਏ ਨਾ ਤੈਨੂੰ ਕਿਹੜਾ ਦੁੱਖ ਲੱਗਾ ਵਾ ਜੇ ਪੁੱਤ ਕਿਤੇ ਤੇਰੀ ਮੈਂ ਉਦਾਂ ਦੀ ਗੱਲ ਸੁਣ ਲਈ ਨਾ ਅੱਗੇ ਤੇ ਤੈਨੂੰ ਦਿੱਤਾ ਹੀ ਬਖਸ਼ ਹੁਣ ਨੀ ਮੈਂ ਬਖਸ਼ਣਾ ਹੁਣ ਤੇ ਮੈਂ ਪਿਓ ਦੇ ਕੰਨਾਂ ਚੋਂ ਵੀ ਕੱਢ ਦੇਣਾ ਹੀ ਹੂੰ ਤੇ ਫਿਰ ਵੇਖੀ ਤੈਨੂੰ ਕਿੱਦਾਂ ਮੁੰਗਲਾ ਫਿਰਦਾ ਹੀ ਉਹ ਕਿਹੜੀਆਂ ਗੋਲੀਆਂ ਵਾ ਉਦਾਂ ਹੀ ਆ ਕਹਿ ਰਹੇ ਹੁਣ ਵੀ ਤੁਸੀਂ ਨਸ਼ੇ ਦੀਆਂ ਵਾ ਅੱਗੇ ਵੀ ਮੈਨੂੰ ਬਦਨਾਮ ਕੀਤਾ ਸੀ ਵੀ ਦਾਰੂ ਪੀਂਦਾ ਵਾ ਹੁਣ ਇਹ ਵੀ ਕਹਿ ਲਓ ਵੀ ਨਸ਼ੇ ਦੀਆਂ ਵਾ ਦੱਸ ਦਿਓ ਆਣ ਗਵਾਂਢ ਚ ਵੀ ਨਸ਼ੇ ਦੀ ਗੋਲੀਆਂ ਖਾਂਦਾ ਵਾ ਆਹੋ ਆ ਵੇਖ ਲਾ ਮੂੰਹ ਸੱਚ ਨਿਕਲ ਹੀ ਗਿਆ ਵਾ ਸਿੱਧੀ ਸਿੱਧੀ ਗੱਲ ਕਹਿ ਆਪੇ ਨਸ਼ੇ ਦੀਆਂ ਗੋਲੀਆਂ ਖਾਣੀਆਂ ਪੁੱਤ ਅੱਗੇ ਤੇ ਤੈਨੂੰ ਬਖਸ਼ਤਾ ਹੀ ਇਹ ਗੋਲੀਆਂ ਹੁਣ ਜਿੰਨਾ ਚਿਰ ਮੈਂ ਡਾਕਟਰ ਨੂੰ ਨਾ ਖਾ ਲੀਆਂ ਉਹਨਾਂ ਚਿਰ ਮੈਂ ਤੈਨੂੰ ਵੀ ਨਹੀਂ ਦਿੰਦੀ ਗੋਲੀਆਂ ਲਾ ਮਿੱਤਰ ਬਖਾਉਣੀਆਂ ਡਾਕਟਰ ਨੂੰ ਖੋਣੀ ਛੱਡ ਉਹ ਖਾ ਲਈ ਡਾਕਟਰ ਨੂੰ ਹੋਰ ਦੇ ਦੂੰ ਮੈਂ ਆ ਫੜਾ ਇੱਧਰ ਮੈਂ ਖਾਣੀਆਂ ਵਾ ਕਾਹਦੀ ਕੀ ਬਿਮਾਰੀ ਤੇਰੀ ਜਿਹੜੀ ਤੂੰ ਖਾਣੀਆਂ ਵਾ ਕਿੱਦਾਂ ਮੇਰੇ ਹੱਥਾਂ 'ਚ ਖੋ ਕੇ ਲੈ ਜਾ ਤੂੰ ਫੜਾ ਗੋਲੀਆਂ ਇੱਧਰ ਉਹ ਮੇਰੀਆਂ ਨਹੀਂ ਮੁੰਡੇ ਦੀਆਂ ਵਾ ਉਹਨੂੰ ਦੇਣੀਆਂ ਉਹਨੇ ਮਗਾਈਆਂ ਸੀ ਮੁੰਡੇ ਦੀਆਂ ਗੋਲੀਆਂ ਇੱਥੇ ਕੀ ਕਰਦੀਆਂ ਤੂੰ ਕੋਈ ਦਲਾਲੀ ਖਾਣਾ ਵੀ ਚੱਲੇ ਨੇ ਮੁੰਡੇ ਨੂੰ ਗੋਲੀਆਂ ਲੈ ਲੈ ਦਿੰਦਾ ਵਾ ਹਮ ਤੇਰੇ ਕਰਦੇ ਫਸ ਜੇਗਾ ਕਿਉਂ ਮੇਰੀ ਜਲੂਸ ਕਢਾਉਂਦੇ ਹੋਇਆ ਮੇਰਾ ਉਹ ਕੁੜੀ ਵਾਲ ਦੇ ਚੱਪਾ ਜਿਹਨੇ ਜਿਹਨੂੰ ਨੌਕਰੀ ਮਿਲ ਗਈ ਸਰਕਾਰੀ ਅੱਜ ਰਾਜ ਕਰਨ ਦੀ ਰਾਜ ਹਮ ਤੇਰੇ ਤੋਂ ਮੇਰੇ ਸਿਰ ਸਵਾਹ ਪਾ ਕੇ ਰੱਖਤੀ ਕੋਈ ਨਹੀਂ ਤੈਨੂੰ ਪਾਲੇ ਪਲੋਸੇ ਦਾ ਫਾਇਦਾ ਤੈਨੂੰ ਦੁੱਧ ਦਿੰਦੀ ਰਹੀ ਤੈਨੂੰ ਗਰਾਸਾਂ ਦੇ ਗਲਾਸ ਤੂੰ ਤੇ ਮੇਰੀ ਉਹ ਬਦਨਾਮੀ ਕਰਾ ਕੇ ਸੁੱਟਤੀ ਆ ਹੁਣ ਆ ਗੋਲੀਆਂ ਪਤਾ ਨਹੀਂ ਕਿਹੜੀਆਂ ਚੁੱਪੀ ਫਿਰਦਾ ਵਾ ਜੇ ਕਿਤੇ ਪਿਓ ਨੂੰ ਪਤਾ ਲੱਗ ਗਿਆ ਤੇ ਮੈਨੂੰ ਨਹੀਂ ਛੱਡਣਾ ਲੱਗਾ ਐਵੇਂ ਨਾ ਸਿਰ ਖਾਈ ਆ ਸਵੇਰੇ ਸਵੇਰੇ ਆ ਗਈ ਆ ਉੱਠ ਕੇ ਤੇ ਪੱਠੇ ਪਾ ਲਾ ਮੰਗਿਆ ਨੂੰ ਪਿਓ ਆਉਣ ਵਾਲਾ ਹੀ ਕਿਤੇ ਮੇਰੀ ਨਾ ਬੁੱਤ ਫਟਾ ਦੀ ਪਾ ਲੂੰਗਾ ਪੱਠੇ ਕਾਲਜ ਨਹੀਂ ਜਾਣਾ ਮੈਂ ਜਿਹੜੇ ਕਾਲਜਾਂ ਨੂੰ ਜਾਂਦੇ ਆ ਨਾ ਉਹ ਵੀ ਪੱਠੇ ਪਾ ਕੇ ਜਾਂਦੇ ਤੂੰ ਅਲੋਕਾਰ ਕਾਲਜ ਨਹੀਂ ਜਾਂਦਾ ਹਟਦਾ ਨਾ ਘਰ ਬਹਿ ਜਾਂਦਾ ਵਾ ਪਾ ਲਾ ਬੰਦਿਆਂ ਨੂੰ ਪੱਠੇ ਜਿੱਦਾਂ ਦੇ ਲੱਛਣ ਤੂੰ ਘਰ ਭਰਨ ਵਾਲਾ ਹੀ ਆ ਜੇ ਉਹ ਗੱਲ ਕਰਦੀ ਆ ਨਾ ਪਾ ਲਾ ਜਾ ਕੇ ਪੱਠੇ ਮੈਂ ਨਹੀਂ ਪਾਣੇ ਪੁਣੇ ਮੈਨੂੰ ਖੱਤੇ ਬੰਦਾ ਰੱਖ ਲੋ ਪਾਲਾ ਤੇਰਾ ਪਿਓ ਆਉਣ ਵਾਲਾ ਹੀ ਹੋ ਪਿਓ ਆਉਣ ਵਾਲਾ ਤੇਰਾ ਕਿਆ ਕਹਿੰਦੇ ਪਿਓ ਨਹੀਂ ਵੇਖ ਲਾਂਗੇ ਡੌਨ ਆ ਉਹ ਜੱਦ ਲੱਗਾ ਪਿਓ ਕਿਉਂ ਫਾੜਨਾ ਇਹਨੂੰ ਆ ਗਈ ਉਹੀ ਗੱਲ ਜਿਹੜੀ ਮੈਂ ਕਹਿੰਦਾ ਹੁੰਦਾ ਜੇ ਪਿਓ ਜੱਜ ਨਹੀਂ ਲੱਗਾ ਤੇ ਇਹ ਜੱਜ ਲੱਗਾ ਦੇ ਦਿਨ 2000 ਰੁਪਇਆ ਕੱਢ ਕੇ ਹੋਰ ਬਹੁਤ ਵਧੀਆ ਗੱਲ ਚਾਹੀਦੀ ਪੁੱਛ ਨੂੰ ਮੈਂ ਦਿੰਦਾ ਮੈਂ ਇਹ ਤੇਰੇ ਗਾੜੀ ਆਉਣੀਆਂ ਸਾਰੀਆਂ ਜਦ ਮੈਂ ਕਹਿੰਦਾ ਸਮਝਾਇਆ ਨੂੰ ਸਮਝਾ ਜਾਂ ਤੂੰ ਮੈਂ ਬਿਲਕੁਲ ਨਹੀਂ ਮੇਰੀ ਗੱਲ ਮੰਨਦੀ ਹੁਣ ਪੈ ਗਈ ਠੰਡ ਤੈਨੂੰ ਸੁਣਦਾ ਮੈਂ ਉੱਥੇ ਕਿ ਪਿਓ ਜੱਜ ਲੱਗਾ ਇਹ ਜੱਜ ਲੱਗਾ ਕੰਬਲ ਇੱਕ ਅੱਧਾ ਹੋਰ ਦੇ ਜਾਈ ਕੱਢ ਕੇ ਤੇ ਠੰਡ ਹੋ ਗਈ ਹੁਣ ਤੈਨੂੰ ਲੱਗਦਾ ਮੈਨੂੰ ਮੇਰਾ ਮੁੰਡਾ ਪਿਆਰਾ ਨਹੀਂ ਲੱਗਦਾ ਐਸੇ ਦੇਰ ਨੂੰ ਲੱਗਦਾ ਮੈਂ ਐਸੇ ਦੇਣ ਤੋਂ ਉਹ ਦਿਨ ਖਾਤਾ ਤੁਸੀਂ ਮੈਨੂੰ ਪੈਸਾ ਮਾੜਾ ਨਹੀਂ ਦਿੱਤੀਆਂ ਪੁੱਤਾਂ ਤੋਂ ਵਧੀਆ ਹੁੰਦਾ ਦਿੰਦੇ ਆ ਜਾਇਜ਼ ਖਰਚਣ ਜਿਹੜੀ ਲੋੜ ਆ ਡਰਦਾ ਕਿ ਤੂੰ ਲੱਗਦਾ ਜਿਹੜੀਆਂ ਮਾੜੀਆਂ ਬਹਿਣੀਆਂ ਯਾਰਾਂ ਦੋਸਤਾਂ 'ਚ ਤੂੰ ਕੱਢ ਕੱਢ ਪੈਸੇ ਦਿੰਦੀ ਮੇਰੇ ਤੋਂ ਚੋਰੀ ਇਹਨੂੰ ਦਿੰਦੀ ਕਿ ਨਹੀਂ ਦਿੰਦੀ ਹੁਣ ਪਤਾ ਨਹੀਂ ਕੀ ਖਾਂਦਾ ਕਿੰਨਾ ਬਹਿੰਦਾ ਕੀ ਕਰਦਾ ਕੀ ਨਹੀਂ ਕਰਦਾ ਇੰਨੇ ਵਜੇ ਤੱਕ ਉੱਠਦਾ ਕਿਉਂ ਨਹੀਂ ਹੈ ਗੱਲ ਤੂੰ ਤਾਂ ਪੈਸੇ ਦੀ ਨਹੀਂ ਹੁੰਦੀ ਗੱਲ ਸਮੇਂ ਦੀ ਮਾੜੇ ਸਮੇਂ ਦੀ ਮੈਂ ਡਰਦਾ ਸੀ ਵੀ ਸਾਡੇ ਘਰ ਇਹ ਮਾੜਾ ਸਮਾਂ ਨਾ ਆ ਜਾਵੇ ਪਰ ਇਹ ਸਮਾਂ ਸਾਡੇ ਘਰ ਆ ਗਿਆ ਅੱਜ ਇਹ ਤੇਰੀ ਗਾੜੀ ਬੋਲਦਾ ਕੱਲ ਨੂੰ ਦੁਸ਼ਮਣ ਮਾਰਨਾ ਨਾ ਮੇਰਾ ਦੁਸ਼ਮਣ ਬਣਨਾ ਦੁਸ਼ਮਣ ਬਣਨਾ ਕਿਉਂਕਿ ਮੇਰੀ ਇਹ ਲਾਲ ਜੇ ਮੈਂ ਮਾੜੀ ਚੰਗੀ ਗੱਲ ਤੋਂ ਟੋਕੂੰਗਾ ਨਾ ਇਹਨੇ ਮੇਰੇ ਗੱਲ ਪੈਣਾ ਉਲਟਾ ਤੇ ਦੁਸ਼ਮਣ ਹੀ ਬਣਨਾ ਤੇ ਬਣਾਇਆ ਕਹਿੰਦੇ ਤੂੰ ਸਾਰਾ ਕਸੂਰ ਤੇਰਾ ਤੂੰ ਜਿਹੜੀ ਚੋਰੀ ਪੈਸੇ ਕੱਢ ਗੜੇ ਨੂੰ ਇੱਥੇ ਚੱਲ ਜਾ ਉੱਥੇ ਚੱਲ ਜਾ ਮੈਂ ਤੈਨੂੰ ਬਥੇਰਾ ਰੋਕਦਾ ਇੱਕ ਵਾਰ ਤੂੰ ਨਹੀਂ ਰੁਕੀ ਹੁਣ ਮੇਰੀ ਗੱਲ ਮੈਂ ਵੀਰ ਜੀ ਨੂੰ ਕਹਿ ਗਿਆ ਵੱਡੇ ਨੂੰ ਵੀ ਸਾਡੇ ਘਰ ਆ ਗਈ ਤੇ ਮੈਨੂੰ ਸਮਝਾਈ ਤੇ ਤੇਰਾ ਤਾਂ ਮੈਨੂੰ ਪਤਾ ਨਹੀਂ ਲੱਗਦਾ ਤੂੰ ਉਹਨੂੰ ਬਾਹਰੋਂ ਮੋੜਤਾ ਮੈਨੂੰ ਪਤਾ ਵੀਰ ਨੇ ਆਉਣਾ ਉਹ ਸਭ ਪਤਾ ਮੈਨੂੰ ਪਰ ਤੂੰ ਪਰਦੇ ਪਾਉਂਦੀ ਵੀ ਇਹਨੂੰ ਕੁਛ ਨਾ ਕਿਹੋ ਇਹਦੀ ਗਲਤੀ ਇਹ ਢੱਕੀ ਰਵੇ ਉਹ ਆਏ ਤੇ ਤੂੰ ਵਾਪਸ ਘੱਲਤਾ ਵੀ ਇੱਥੇ ਘਰੇ ਨਾ ਆਇਓ ਸਾਡੇ ਘਰ ਲੜਾਈ ਪੈਣੀ ਹੈ ਤੇ ਇਹੀ ਲੜਾਈ ਜੇ ਨਾ ਪੈਂਦੀ ਤਾਂ ਇੱਦਾਂ ਸੁਧਰ ਜਾਂਦਾ ਮਾੜਾ ਮੋਟਾ ਏ ਜੇ ਉਹਨਾਂ ਆਏ ਸਮਝਾਉਂਦੇ ਕਿ ਉਹ ਮਾੜਾ ਮੋਟਾ ਏ ਪਰ ਤੂੰ ਤੂੰ ਨਹੀਂ ਆਪਣੇ ਉਹ ਆਈ ਬਾਜ ਆਈ ਮਾਸਾ ਵੀ ਕੋਈ ਨਹੀਂ ਮੈਂ ਤਾਂ ਕਹਿਣਾ ਨਹੀਂ ਮੇਰਾ ਮੁੰਡਾ ਮੇਰਾ ਪਰਿਵਾਰ ਜੇ ਕਿਤੇ ਮੇਰੀ ਮੰਨ ਲੈਂਦੀ ਉਦੋਂ ਇੰਨੇ ਇੰਨੇ ਥੱਬੇ ਕੱਢ ਕੱਢ ਦਿੰਦੀ ਮੋਟਰਸਾਈਕਲ ਤੇ ਉਹ ਹਾਰਨ ਵਾਲਾ ਮੋਟਰਸਾਈਕਲ ਤੇ ਲੈਟਾਂ ਵਾਲਾ ਹੈ ਉਦੋਂ ਤੂੰ ਬਿਲਕੁਲ ਨਹੀਂ ਸਮਝੀ ਚਲੋ ਜਿੱਦਾਂ ਕਰਦੀ ਸੁੱਤਾ ਰਹਿਣ ਦੇ ਲੈਣ ਦੇ ਜਾਈ ਤੂੰ ਇੱਕ ਦਿਨ ਰੋ
ਬਸ ਇਹੋ ਕੰਮ ਰਹਿ ਗਿਆ ਜੀ। ਹੁਣ ਸਰਾਣੇ ਬਹਿ ਕੇ ਰੋਣ ਲੱਗ ਜਾ, ਪਹਿਲਾਂ ਉਹ ਸਿਰ ਖਾ ਗਿਆ, ਹੁਣ ਤੂੰ ਜਾ ਜਾ ਕੇ ਚਾਹ ਬਣਾ ਕੇ ਲਿਆ ਘੁੱਟ। ਸਵੇਰੇ ਸਵੇਰੇ ਦਿਮਾਗ ਖਰਾਬ ਕਰਕੇ ਰੱਖ ਦਿੰਦੇ ਆ। समझा जिन्ना समझा सकदी आ, कुड़ी ने मिली तनखा ते मैं गया मैंने प्रसाद खवाया गुरद्वारे पैसे चढ़ा गया जी। दूई गल बैड बहुत वधिया लैंदे, बहुत सोहणे कुड़ी ने बैड लैंदे, मैं गया वेख के मैं बहुत मन नूं खुशी हुई भी चल शुक्र भी वो भी कमाने लग पी कुड़ी बेचारी, तो तू ही जाई वेख के एक बैड उन्होंने बहुत ही वधिया बैड लैंदे। ठीक है बैड ले आई है, इन्हू ज्यादा ही चा चढ़िया बढ़ा था समझा जाके।